ਪਰ ਇਧਰਲੇ ਪਾਸਿਓਂ ਸਿਰਫ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅਟਕ ਟੱਪੀਆਂ ਅਤੇ ਅਫਗਾਨਿਸਤਾਨ ਨੂੰ ਫਤਿਹ ਕੀਤਾ। ਉਹਦੇ ਬਦਲੇ ਅਫਗਾਨਿਸਤਾਨ ਦੇ ਰਾਜ ਨੂੰ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਨੂੰ ਪੂਰਾ ਸੂਬਾ ਅਫਗਾਨਿਸਤਾਨ ਦਾ ਕਸ਼ਮੀਰ ਦੇਣਾ ਪਿਆ ਅਤੇ ਬਾਬਾ ਫੁੱਲਾ ਸਿੰਘ ਇੱਕ ਇਹੋ ਜਿਹੇ ਜਥੇਦਾਰ ਸੀ ਜਿਹੜੇ ਅਗਵਾਈ ਕਰਦੇ ਸੀ। ਸੋ ਨਿਹੰਗ ਬਾਬਿਆਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਫੇਲ ਹੋ ਗਏ ਸੀ ਅਤੇ ਅਕਾਲੀ ਫੁੱਲਾ ਸਿੰਘ ਆ ਗਏ ਸੀਗੇ, ਜੇ ਅੱਜ ਦੇ ਦਿਨ 'ਚ ਅਸੀਂ ਫੇਲ ਹੋ ਗਏ ਹਾਂ ਤਾਂ ਫਿਰ ਤੁਸੀਂ ਅੱਗੇ ਆ ਜਾਓ, ਪਰ ਪ੍ਰੇਮ ਦੇ ਨਾਲ ਗੱਲ ਕਰੋ। ਇੱਥੇ ਕਿਸੇ ਨੂੰ ਤੂੰ ਤੂੰ ਮੈਂ ਕਰਕੇ ਐਂ ਕੋਈ ਫੱਬਦੀ ਨਹੀਂ, ਕਿਉਂ ਕਰਕੇ ਇਹ ਦਿਨ ਭਾਈ ਦੀਪ ਸਿੰਘ ਸਿੱਧੂ ਦਾ। ਸਾਨੂੰ ਭਾਈ ਦੀਪ ਸਿੰਘ ਸਿੱਧੂ ਨਾਲ ਬਹੁਤ ਪਿਆਰ ਹੈ, ਅਸੀਂ ਉਹਦੀ ਇੱਜ਼ਤ ਕਰਦੇ ਹਾਂ ਔਰ ਕਰਦੇ ਰਹਾਂਗੇ। ਜਦੋਂ ਮੈਂ ਅਮਰਗੜ੍ਹ ਦਾ ਅਸੈਂਬਲੀ ਦਾ ਇਲੈਕਸ਼ਨ ਲੜ ਰਿਹਾ ਸੀ ਤਾਂ ਭਾਈ ਦੀਪ ਸਿੰਘ ਸਿੱਧੂ ਬਹੁਤ ਸਾਰੇ ਦਿਨ ਮੇਰੇ ਨਾਲ ਰਹੇ, ਪਰ ਇੱਕ ਦਿਨ ਮੇਰੀ ਹਾਜ਼ਰੀ ਦੇ ਵਿੱਚ ਕਹਿੰਦੇ ਜਥੇਦਾਰਾਂ ਨੂੰ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਸੈਂਬਲੀ ਤਾਂ ਲੜਾ ਰਹੇ ਹਾਂ ਪਰ ਇਹ ਅਸੈਂਬਲੀ ਦੇ ਫਿੱਟ ਨਹੀਂ ਹੈ, ਇਸ ਨੂੰ ਆਪਾਂ ਨੇ ਭੇਜਣਾ ਪਾਰਲੀਮੈਂਟ 'ਚ। ਫਿਰ ਦੇਖੋ ਥੋੜ੍ਹੇ ਮਹੀਨਿਆਂ ਦੇ ਬਾਅਦ ਇੱਕ ਇਹੋ ਜਿਹਾ ਮੌਕਾ ਆਇਆ ਜਿੱਥੇ ਤੁਸੀਂ ਸਾਰਿਆਂ ਨੇ ਮੈਨੂੰ ਖੜ੍ਹਾ ਕਰਤਾ ਅਤੇ ਪਾਰਲੀਮੈਂਟ ਦੇ ਵਿੱਚ ਭੇਜਤਾ। ਸੋ ਸਾਧ ਸੰਗਤ ਜੀ, ਜੋ ਸਰਦਾਰ ਦੀਪ ਸਿੰਘ ਸਿੱਧੂ ਦੇ ਨਾਲ ਹੋਇਆ, ਭਾਈ ਮੂਸੇਵਾਲ ਦੇ ਨਾਲ ਹੋਇਆ, ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਰਿਪਤਮਨ ਸਿੰਘ ਮਲਿਕ ਨੂੰ, ਸੁਖਦੂਲ ਸਿੰਘ ਨੂੰ ਕਹਿੰਦਾ ਤਿੰਨਾਂ ਦੇ ਵਿੱਚ ਮਰਵਾ ਦਿੱਤਾ ਗਿਆ। ਵਲੈਤ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਨੂੰ, ਹੁਣ ਅਵਤਾਰ ਸਿੰਘ ਅਤੇ ਖੰਡਾ ਅਤੇ ਭਾਈ ਦੀਪ ਸਿੰਘ ਇੱਕ ਰੂਹ ਸੀਗੇ, ਇੱਕ ਗੱਲ ਕਰਦੇ ਸੀ, ਦੋਨੋਂ ਇੱਕ ਵੇਲੇ ਕਿਉਂ ਮਾਰੇ ਗਏ? ਫਿਰ ਪਾਕਿਸਤਾਨ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਪੰਜਵਾੜ ਅਤੇ ਲਖਬੀਰ ਸਿੰਘ ਰੋਡੇ, ਉਹਨਾਂ ਨੂੰ ਮਾਰਤਾ। ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਨੂੰ, ਪੰਜਾਬ ਦੇ ਵਿੱਚ ਭਾਈ ਮੂਸੇਵਾਲ ਨੂੰ। ਉਹਨਾਂ ਦੇ ਉੱਤੇ ਕੀ ਇਲਜ਼ਾਮ ਲਾਏ ਕਿ ਇਹ ਖਾਲਿਸਤਾਨੀ ਸੀ, ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ।
ਹੁਣ ਜੋ ਕੁਛ ਮੈਨੂੰ ਆਪਣੇ ਜੀਵਨ ਤੋਂ ਪਤਾ ਹੈ ਉਹ ਇਹ ਹੈ ਕਿ ਹਿੰਦੁਸਤਾਨ ਸ਼ੁਰੂ ਤੋਂ ਸੋਵੀਅਟ ਰੂਸ ਜਾਂ ਸੋਵੀਅਟ ਟੁੱਟਣ ਤੋਂ ਬਾਅਦ ਰੂਸ ਦੇ ਨਾਲ ਚੱਲਦਾ ਫੌਜ ਦੀ ਜੋ ਪਲੈਨਿੰਗ ਹੁੰਦੀ ਹੈ, ਖੁਫੀਆ ਏਜੰਸੀਆਂ ਦੀ ਪਲੈਨਿੰਗ ਹੁੰਦੀ ਹੈ, ਉਹ ਸਾਰਾ ਰੂਸ ਦੇ ਮਾਡਲ ਦੇ ਉੱਤੇ ਹੁੰਦਾ। ਰੂਸ ਦੀ ਖੁਫੀਆ ਏਜੰਸੀ ਦੇ ਵਿੱਚ ਇੱਕ ਅਲੱਗ ਕਮੇਟੀ ਹੈ ਜਿਹੜੀ ਸਿਰਫ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਰੂਸ ਨੂੰ ਨਹੀਂ ਪਾਉਂਦੇ ਉਹਨਾਂ ਦਾ ਕਤਲ ਕਰ ਦਿੰਦੇ ਹੈ। ਇੱਕ ਲੈਫਟੀਨੈਂਟ ਕਰਨਲ ਰੂਸ ਦੀ ਏਜੰਸੀ ਦਾ ਸੀ, ਉਹ ਰੂਸ ਤੋਂ ਭਗੌੜਾ ਹੋ ਕੇ ਵਿਲਾਇਤ ਆ ਗਿਆ ਬਰਤਾਨੀਆ। ਉੱਥੇ ਰੂਸ ਦੇ ਏਜੰਟਾਂ ਨੇ ਉਸ ਨੂੰ ਜ਼ਹਿਰੀਲਾ ਜ਼ਹਿਰ ਪਲੀਨੀਅਮ ਦੇ ਕੇ ਸ਼ਾਂਤ ਕਰਤਾ। ਇਸੇ ਤਰ੍ਹਾਂ ਭਾਈ ਅਵਤਾਰ ਸਿੰਘ ਖੰਡੇ ਦੇ ਨਾਲ ਹੋਇਆ। ਇਹ ਸਾਰੇ ਸਰਕਾਰਾਂ ਨੇ, ਹਿੰਦ ਦੀਆਂ ਨੇ, ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਡਾਇਰੈਕਟਰ ਰੌਦ ਹੈ, IBA ਹੈ, ਮਿਲਟਰੀ ਇੰਟੈਲੀਜੈਂਸ ਹੈ, ਇਹ ਸਾਰੇ ਇਹਨਾਂ ਦੇ ਮਹਿਕਮੇ ਦੇ ਵਿੱਚ ਵੀ ਕਮੇਟੀ ਹੈਗੀ ਹੈ ਜਿਹੜੀ ਬਾਹਰ ਦੇ ਮੁਲਕਾਂ 'ਚ ਜਾਂ ਹਿੰਦੁਸਤਾਨ ਦੇ ਅੰਦਰ ਕਤਲ ਕਰਾਉਂਦੀ ਹੈ। ਇਹ ਸਮਝਣ ਦੀ ਗੱਲ ਹੈ, ਜੇ ਦੀਪ ਸਿੰਘ ਸਿੱਧੂ ਭਾਈ ਨੂੰ ਇਸ ਤਰ੍ਹਾਂ ਕੀਤਾ, ਫਿਰ ਨਾਲ ਦੀ ਨਾਲ ਅਵਤਾਰ ਸਿੰਘ ਖੰਡੇ ਨੂੰ ਜੋ ਕੀਤਾ, ਇਹ ਸਾਰੀਆਂ ਚੀਜ਼ਾਂ ਰਲਦੀਆਂ ਮਿਲਦੀਆਂ। ਅਤੇ ਭਾਈ ਦੀਪ ਸਿੰਘ ਸਿੱਧੂ ਜਦੋਂ ਫੜੇ ਗਏ ਹੈ, ਮੇਰੀ ਉਹਨਾਂ ਦੇ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ। ਉਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਡਾ ਵਰਤਾਰਾ ਕਿਵੇਂ ਸੀਗਾ, ਉਹਨਾਂ ਨੇ ਦੱਸਿਆ ਕਿ ਸਾਰੀਆਂ ਏਜੰਸੀਆਂ ਦੀ ਵੱਡੇ ਵੱਡੇ ਅਫਸਰ DGP ਤੱਕ ਮੈਨੂੰ ਪੁੱਛਗਿੱਛ ਕਰਨ ਆਏ। ਤਾਂ ਮੈਨੂੰ ਭਾਵ ਹੋਇਆ ਜਦੋਂ ਭਾਈ ਦੀਪ ਸਿੰਘ ਦਾ ਐਕਸੀਡੈਂਟ ਕਰਾਇਆ ਗਿਆ। ਮੈਂ ਉਦਣ ਹੀ ਕਹਿਤਾ ਸੀ ਕਿ ਇਹ ਤਾਂ ਸੈਂਟਰ ਨੇ ਕਰਾਇਆ,